ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਭੁੱਲਰ IPS, ADCP ਸਿਟੀ ਸਰਦਾਰ ਪ੍ਰਭਜੋਤ ਸਿੰਘ ਜੀ ਵਿਰਕ, ACP ਕਮਲਜੀਤ ਸਿੰਘ ਜੀ ਔਲਖ, ਇਹਨਾਂ ਦੇ ਦਿਸ਼ਾ ਨਿਰਦੇਸ਼ 'ਤੇ ਮਗਰਲੇ ਸਮੇਂ ਦੌਰਾਨ ਅਸੀਂ ਡਰੱਗ ਵੇਚਣ ਵਾਲਿਆਂ ਦੇ ਖਿਲਾਫ਼, ਲੁੱਟ ਖੋਹ ਕਰਨ ਵਾਲਿਆਂ ਦੇ ਖਿਲਾਫ਼ ਜਿਹੜੀ ਹੈ ਜੰਗੀ ਪੱਧਰ 'ਤੇ ਮੁਹਿੰਮ ਵਿੱਢੀ ਗਈ ਹੈ, ਜਿਹਦੇ ਸਾਨੂੰ ਬੜੇ ਸਾਰਥਕ ਨਤੀਜੇ ਮਿਲੇ ਨੇ। ਹੁਣ ਵੀ ਅਸੀਂ ਸਾਡੇ ASI ਜਿਹੜੇ ਆਪਣਾ ਹੈਗੇ ਤੇਜਵੀਰ ਸਿੰਘ ਨੇ, ਪੁਲਿਸ ਪਾਰਟੀ ਸਮੇਤ ਜਿਹੜਾ ਕਿ ਦੋਸ਼ੀ ਜੋਬਨਪ੍ਰੀਤ ਸਿੰਘ ਉਰਫ ਜੋਬਨ ਪੁੱਤਰ ਕੁਲਦੀਪ ਸਿੰਘ ਵਾਸੀ ਮਲਾਪ ਐਵੀਨਿਊ, ਅਤੇ ਇਸ ਦੇ ਨਾਲ ਜੋਤੀ ਪਤਨੀ ਹਰਪਾਲ ਸਿੰਘ ਵਾਸੀ ਗਲੀ ਪ੍ਰੈਸ ਵਾਲੀ ਕਾਲੇ ਘਨੂਪੁਰ ਕਾਲੇ, ਇਹਨਾਂ ਤੋਂ ਜਿਹੜਾ 50-50 ਗ੍ਰਾਮ ਜਿਹੜੀ ਆ ਹੀਰੋਇਨ ਬਰਾਮਦ ਕੀਤੀ ਹੈ, 100 ਗ੍ਰਾਮ ਹੀਰੋਇਨ ਦੋਨਾਂ ਤੋਂ ਅਸੀਂ ਬਰਾਮਦ ਕੀਤੀ ਹੈ। ਇਹਨਾਂ ਦੇ ਖਿਲਾਫ਼ ਜਿਹੜਾ ਮੁਕੱਦਮਾ ਨੰਬਰ 288-29-12-23 ਜੁਰਮ 21-20-61-85 NDPS ਐਕਟ ਦੇ ਤਹਿਤ ਦਰਜ ਰਜਿਸਟਰ ਕੀਤਾ ਗਿਆ, ਜਿਹੜਾ ਕਿ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਜਿਹੜਾ ਕਿ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਅਸੀਂ ਹਾਸਲ ਕੀਤਾ। ਹੁਣ ਅਸੀਂ ਇਹਦਾ ਜਿਹੜਾ ਡੀਪਲੀ ਜਿਹੜਾ ਸਖਤੀ ਦੇ ਨਾਲ ਪੁੱਛਗਿੱਛ ਕਰਕੇ, ਜਿੱਥੋਂ ਇਹ ਹੀਰੋਇਨ ਲੈ ਕੇ ਆਉਂਦੇ ਸੀ, ਜਿਨ੍ਹਾਂ ਨੂੰ ਗਾਂ ਸਪਲਾਈ ਕਰਦੇ ਸੀ, ਉਹਨਾਂ ਨੂੰ ਵੀ ਜਿਹੜਾ ਉਹਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਆ ਜਲਦ ਤੋਂ ਜਲਦ ਕਰਨ ਜਾ ਰਹੇ। ਜੋਤੀ ਆ ਅਤੇ ਪਹਿਲਾਂ ਵੀ ਜਿਹੜਾ NDPS ਐਕਟ ਦੇ ਕਮਰਸ਼ਲ ਕੁਆਂਟਿਟੀ ਦੇ 1-2 ਮੁਕਦਮੇ ਪਹਿਲਾਂ ਵੀ ਦਰਜ ਹੈ। ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ, ਦੇਖ ਰਹੇ ਹਾਂ, ਬਟ ਇਹਦੇ 'ਤੇ 2 ਮੁਕਦਮੇ ਜਿਹੜੇ ਆ ਪਹਿਲਾਂ ਹੀ ਦਰਜ ਹੈ।